खुश रखे आबाद रखे इसे दुआ दे नाल शुरू करदे आं। अज दे वलो बिलाल भी हुण सुता उठिया वा ते अज ना दूसरा ए वाल भी कटा के आएगा। एदे वाल ना बहुत ही जल्दी ना बड़े हो जांदे आ। कलर खराब हो गया वा कपड़िया का, इस करके ना इस तरह होर तरह लगते हैं। ब्लैक सूट सीगा ते ब्राउन होल हुण लगता वा, कलर खराब। घड़े जिहड़े आ ना ओह वी मैं बाहर कढ़े सी, इह वी हुण मैं रखांगी छां ते। बदल जिहड़े आ ना ओह वी होए आ, लेकिन बारिश जिहड़ी आ ना ओह नहीं हजे पई। तो बिस्तरे वगैरह हजे बाहर ही आ, इन्हां नूं वी दूसरा चुकूंगी। पहले ना बिलाल दे पापा दा ना सूट इस्त्री कर लवां, तो उस तो बाद ना फिर नाश्ता तैयार करांगी। बिस्तरे आंदी है ना पैवां, बच्चियां ने लाइयां वा, ते लेकिन बच्चियां दे काम बच्चियां दे हुंदे आ। गुड मॉर्निंग चाय जी है ना मैं उपर रख ली है, हूं ना दूसरा आटा गुन्न लगी हाँ। मैं आख्या ना ना आटा गुन्ना वो सीधा रखना पैसे हवाई इन्नी चलती है ना मसे मसे ना चाय उबली है बड़ी मुश्किल दे नाल। चाय जड़ी है ना मैं उधर चूल्हे ते बना के आई हाँ, ते एक ता हवा बहुत चलती सी, एक ना गर्मी बहुत ज्यादा उथे ना धुप आ गई, ते मैं आख्या रोटी जड़ी है ना मैं इत्थे सिलेंडर ते बना लैनी हाँ, चाय मैं उठी बना के ना आ गई हाँ। पहले ना पीड़े करांगी, अज ना मैं बना लगी हाँ आलू ते गोभी दे पराठे।
ਛੋਟੇ ਛੋਟੇ ਪੇੜੇ ਕਰਾਂਗੀ। ਮਾਸ਼ਾਅੱਲਾ ਇੱਕ ਰੋਟੀ ਜਿਹੜੀ ਆ ਨਾ ਮੈਂ ਉੱਪਰ ਭਰ ਲਈ ਆ ਤਵੇ ਤੇ, ਤੇ ਦੂਸਰੀ ਰੋਟੀ ਨਾ ਤਿਆਰ ਕਰਨ ਲੱਗੀ ਆ। ਮਾਸ਼ਾਅੱਲਾ ਸਾਡੀ ਇੱਕ ਰੋਟੀ ਜਿਹੜੀ ਆ ਨਾ ਤਿਆਰ ਹੋ ਗਈ ਆ, ਪਰਾਠਾ ਜਿਹੜਾ ਵਾ ਨਾ ਆਲੂ ਗੋਭੀ ਦਾ ਉਹ ਤਿਆਰ ਹੋ ਗਿਆ ਵਾ। ਆਪਣਾ ਰੋਲਾ ਪਾਇਆ ਅਸੀਂ ਆਪਣਾ ਪਾਇਆ ਤੇ ਬਿਸਮਿਲ੍ਲਾਹ ਰਹਿਮਾਨ ਰਹੀਮ। ਬਿਲਾਲ ਕਹਿੰਦਾ ਸੀ ਮੈਨੂੰ ਤਾਂ ਭੁੱਖ ਲੱਗੀ ਹੈ, ਜਲਦੀ ਜਲਦੀ ਰੋਟੀ ਬਣਾਓ। ਟੱਪ ਜਿਹੜਾ ਵਾ ਨਾ ਮੈਂ ਲੈ ਲਿਆ ਵਾ, ਇਹਨੂੰ ਨਾ ਮੈਂ ਸਾਫ਼ ਧੋਵਾਂਗੀ ਤੇ ਉਸ ਤੋਂ ਬਾਅਦ ਨਾ ਬੇਟੇ ਨੂੰ ਮੈਂ ਭੇਜਿਆ ਵਾ, ਮੈਂ ਆਖਿਆ ਬਰਫ਼ ਲੈ ਕੇ ਆ ਤੇ ਮੈਂ ਆਖਿਆ ਪਾਣੀ ਜਿਹੜਾ ਵਾ ਨਾ ਮੈਂ ਆਖਿਆ ਉਹ ਵੰਡ ਲਈਏ ਬਾਹਰ ਬੱਚੇ ਜਿਹੜੇ ਛੋਟੇ ਛੋਟੇ ਬੱਚੇ ਆ ਨਾ ਉਹਨਾਂ ਨੂੰ, ਚਾਹੇ ਬੜਾ ਆਵੇ ਚਾਹੇ ਛੋਟਾ ਆਵੇ, ਮੈਂ ਆਖਿਆ ਸਭ ਨੂੰ। ਵੈਸੇ ਤਾਂ ਟੱਪ ਸਾਫ਼ ਹੀ ਸੀਗਾ, ਸਿਰਫ ਪਾਣੀ ਜਿਹੜਾ ਵਾ ਨਾ ਉਹ ਮੈਂ ਚੀਨੀ ਜਿਹੜੀ ਆ ਨਾ ਉਹ ਮੈਂ ਰਾਤ ਨੂੰ ਹੀ ਲੈ ਕੇ ਆਈ ਸੀਗੀ, ਨਿੰਬੂ ਜਿਹੜੇ ਆ ਨਾ ਘਰ ਪਏ ਸੀਗੇ
ਮੈਂ ਕਿਹਾ ਬਰਫ ਜਿਹੜੀ ਆ ਉਹ ਬੇਟੇ ਨੂੰ ਭੇਜ ਦਿੱਤਾ। ਮੈਂ ਕਿਹਾ ਉਨੀ ਦੇਰ ਦੇ ਵਿੱਚ ਨਾ ਮੈਂ ਚੀਨੀ ਜਿਹੜੀ ਆ ਨਾ ਉਹ ਘੋਲ ਲਵਾਂਗੀ ਅਤੇ ਉਹ ਨਾ ਬਰਫ ਲੈ ਕੇ ਆ ਜਾਏਗਾ। ਚੀਨੀ ਮੈਂ ਕਿਹਾ ਪਹਿਲੇ ਖੋਲ ਲਵਾਂ, ਉਸ ਤੋਂ ਬਾਅਦ ਨਾ ਫਿਰ ਨਮਕ ਪਾਵਾਂਗੀ ਅਤੇ ਨੂਨ ਜਿਹੜੇ ਆ ਨਾ ਉਹ ਨਹੀਂ ਝੋੜਾਂਗੀ। ਇਹ ਜਿਹੜਾ ਟਾਪਾ ਨਾ ਇਹ ਮੈਂ ਇਸੇ ਚੀਜ਼ ਵਾਸਤੇ ਨਾ ਇੱਕ ਸਾਫ਼ ਸੁਥਰਾ ਰੱਖਿਆ ਵਾ ਵੀ ਜਦੋਂ ਵੀ ਕਿਸੇ ਚੀਜ਼ ਵਾਸਤੇ ਜ਼ਰੂਰਤ ਪਵੇ ਨਾ ਅਤੇ ਸਾਫ਼ ਸੁਥਰੀ ਇੱਕ ਚੀਜ਼ ਘਰ ਦੇ ਵਿੱਚ ਪਈ ਹੋਣੀ ਚੰਗੀ ਹੁੰਦੀ ਆ। ਅਤੇ ਉੱਥੇ ਤਾਂ ਮੈਂ ਸਟੀਲ ਦਾ ਇੱਕ ਲੈਣਾ ਵਾ ਅਤੇ ਇਹ ਮੈਂ ਪਲਾਸਟਿਕ ਦਾ ਰੱਖਿਆ ਹੋਇਆ ਵਾ। ਥੋੜੋ ਤਾਂ ਵਿਰ ਕੇ ਅਸੀਂ ਨਾ ਪਾਣੀ ਦਾ ਟੱਪ ਭਰ ਕੇ ਬਣਾਇਆ ਸੀਗਾ। ਇੱਧਰ ਵੀ ਮਿਸਤਰੀ ਭਾਈ ਦੇ ਮਜ਼ਦੂਰ ਲੱਗੇ ਆ, ਉਹਨਾਂ ਨੂੰ ਵੀ ਦੋ ਤਿੰਨ ਜਗ ਉਹਨਾਂ ਤੀਕਰ ਲੈ ਕੇ ਚੱਲ ਗਏ ਆ ਅਤੇ ਇੱਧਰ ਵੀ ਮਜ਼ਦੂਰ ਅਤੇ ਮਿਸਤਰੀ ਭਾਈ ਲੱਗੇ ਆ ਅਤੇ ਇੱਧਰ ਵੀ ਉਹਨਾਂ ਨੂੰ ਵੀ ਪਾਣੀ ਪਿਲਾ ਦਿੱਤਾ ਵਾ। ਹੁਣ ਟਾਈਮ ਹੁਣ ਬੱਚੇ ਨਿਕਲਦੇ